तीर्थ तप दया दत दान जे को पावै तिल का मान। इन्हां सारिया चीजां नाल जे सकामी हो के करे इन्हां कम्मां नूं सहज कामना दे तां तिलक पर माण मिल जांदा, अते जे निष्काम हो के करे फिर इन्ना क होवेगा कि एक चीज का फल बहुता ज्यादा चीज का फल है जो बीजे सो खाए। हुण बीजा है आटा दाल चौल तीर्थां ते जाके नहाउणा ते तप करने दान करने। हुण इहदे बदले जे असीं कहीए सानूं नाम मिल जावे, नाम तां नाम बदले ही मिलना। महाराज कहिंदे नाम जपण नाल नाम दी कृपा हुंदी है। ਇਹ ਤਾਂ ਇੱਕ ਸਾਧਨ ਨੇ ਛੋਟੇ ਛੋਟੇ ਇਨਸਾਨ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਨਵੇਂ ਨਵੇਂ ਰਸਤੇ ਤੇ ਲਾਉਣ ਲਈ, ਮਨ ਦੇ ਟਿਕਾਓ ਲਈ, ਬੁੱਧੀ ਨੂੰ ਮਾੜਾ ਮੋਟਾ ਸ਼ੁੱਧ ਕਰਨ ਲਈ। ਪਰ ਅਸਲ ਵਿੱਚ ਸਤਿਗੁਰੂ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਨ ਲਾਓ। ਅੰਦਰੋਂ ਇਸ਼ਨਾਨ ਤਾਂ ਸਿਰਫ ਨਾਮ ਨੂੰ ਸੁਣਨ ਨਾਲ ਮੰਨਣ ਨਾਲ ਕਮਾਉਣ ਨਾਲ ਹੀ ਹੁੰਦਾ। ਪਰ ਬੇਨਤੀ ਕਰੇ ਵਾਹਿਗੁਰੂ ਸਾਰੇ ਗੁਣ ਤੇਰੇ ਹੀ ਨੇ, ਮੇਰੇ ਵਿੱਚ ਕੋਈ ਗੁਣ ਨਹੀਂ। ਸੋ ਇਸ ਤਰ੍ਹਾਂ ਜਦੋਂ ਤੱਕ ਸਾਡੇ ਅੰਦਰ ਗੁਣ ਪੈਦਾ ਨਹੀਂ ਹੁੰਦੇ, ਸ਼ਰਧਾ ਭਾਵਨਾ ਮਨ ਦੇ ਅੰਦਰ ਪਿਆਰ, ਉਦੋਂ ਤੱਕ ਭਗਤੀ ਵੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਇਸ ਕਰਕੇ ਸ਼ਰਧਾਵਾਨ ਲੱਭਤੇ ਗਿਆਨਮ ਤਤਪਰ ਹੈ ਸੰਤੇਂਦਰ। ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ, ਸ਼ਰਧਾਵਾਨਾਂ ਨੂੰ ਕਿਰਪਾ ਹੁੰਦੀ ਹੈ, ਭਾਵਨਾ ਵਾਲਿਆਂ ਤੇ ਕਿਰਪਾ ਹੁੰਦੀ ਹੈ। ਅੱਜ ਜੋ ਕੁਝ ਹਾਲਾਤ ਨੇ ਪੰਥ ਦੇ ਉਹ ਇਸੇ ਕਰਕੇ ਹੀ ਖਰਾਬ ਨੇ ਕਿਉਂਕਿ ਸ਼ਰਧਾ ਭਾਵਨਾ ਪਿਆਰ ਪ੍ਰੇਮ ਕੋਈ ਚੀਜ਼ ਮਨ ਦੇ ਅੰਦਰ ਹੈ ਹੀ ਨਹੀਂ। ਨਾ ਡਰ ਹੈ ਮਹਾਰਾਜ ਦਾ, ਨਾ ਭਾਓ ਨਾ ਭਾਓ। ਇਸ ਕਰਕੇ ਇਨਸਾਨੀ ਬੁੱਧੀ ਆਪਣਾ ਕਰਮ ਕਰ ਰਹੀ ਹੈ, ਜਿਸ ਦਾ ਇਸ ਢੰਗ ਨਾਲ ਭਾਰੀ ਤੋਂ ਭਾਰੀ ਨੁਕਸਾਨ ਹੋਣ ਦਾ ਡਰ ਰਹਿੰਦਾ। ਸੋ ਆਓ ਸਤਿਗੁਰਾਂ ਅੱਗੇ ਬੇਨਤੀ ਕਰੀਏ ਸਾਨੂੰ ਸਤਿਗੁਰੂ ਸ਼ਰਧਾ ਭਾਵਨਾ ਪ੍ਰੇਮ ਬਖਸ਼ਿਸ਼ ਕਰਨ, ਭਾਵ ਬਖਸ਼ਿਸ਼ ਕਰਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਵਸਥ ਆਥ ਬਾਣੀ ਬਰਮਾਓ। ਇਹ ਤੁਕ ਆਪਾਂ ਹਰ ਰੋਜ਼ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਪਰ 99% ਗੁਰੂ ਪਿਆਰੇ ਜੀ ਪੜ੍ਹਦੇ ਨੇ। ਉਹਨਾਂ ਨੂੰ ਜੇ ਪੁੱਛੀਏ ਸਵਸਥ ਆਤ ਬਾਣੀ ਬ੍ਰਹਮਾਓ ਦਾ ਭਾਵ ਅਰਥ ਕੀ ਹੈ, ਉਹ ਕਹਿੰਦੇ ਇਹ ਤਾਂ ਨਹੀਂ ਸਾਨੂੰ ਪਤਾ, ਅਸੀਂ ਪਾਠ ਕਰਦੇ ਹਾਂ। ਕਿਉਂਕਿ ਜਿਹੜਾ ਗੁਰਬਾਣੀ ਦਾ ਅਰਥ ਹੈ, ਜਦੋਂ ਤੱਕ ਅਰਥ ਨਹੀਂ ਮਨ ਦੇ ਅੰਦਰ ਵੱਸਦਾ, ਭਾਵ ਅਰਥ ਨਹੀਂ, ਮਨ ਨੂੰ ਇਕਾਗਰਤਾ ਦੇਣੀ ਹੁੰਦੀ। ਇਸ ਕਰਕੇ ਸਾਨੂੰ ਭਾਵ ਅਰਥਾਂ ਵੱਲ, ਉਹਨਾਂ ਦੇ ਅੰਤਰੀ ਭਾਵਾਂ ਵੱਲ ਧਿਆਨ ਦੇਣਾ ਪੈਂਦਾ। ਸਵਸਥ ਤੋਂ ਭਾਵ ਹੈ ਕਲਿਆਣ ਸਰੂਪ, ਜੋ ਅਕਾਲ ਪੁਰਖ ਹੈ ਉਸ ਅਕਾਲ ਪੁਰਖ ਤੋਂ ਜੋ ਹੈ ਨਾ, ਆਥ ਤੋਂ ਭਾਵ ਹੈ ਮਾਇਆ। ਸਵਸਥ ਕਲਿਆਣ ਸਰੂਪ ਪਰਮਾਤਮਾ, ਆਥ ਹੁੰਦੀ ਹੈ ਮਾਇਆ। ਬਾਣੀ ਤੋਂ ਭਾਵ ਇੱਥੇ ਹੈ ਬਣੀ, ਬਰਮਾਓ, ਫਿਰ ਮਾਇਆ ਤੋਂ ਫਿਰ ਬਰਮਾਓ। ਬ੍ਰਹਮਾ ਆਦਿਕ ਪੈਦਾ ਹੋਏ ਨੇ, ਉਸ ਤੋਂ ਫਿਰ ਅੱਗੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਜਿਵੇਂ ਸ਼ਬਦ ਆਉਂਦਾ ਹੈ ਭਗਤ ਨਾਮਦੇਵ ਜੀ ਦਾ, ਉਹ ਹੁਕਮਨਾਮਾ ਕੋਈ ਅੱਬਲ ਤਾਂ ਛੇਤੀ ਲੈਂਦਾ ਹੀ ਨਹੀਂ, ਜੇ ਲੈ ਵੀ ਲਵੇ ਤਾਂ ਸਮਝ ਨਹੀਂ ਲੱਗਦਾ ਕੀ ਲਿਖਿਆ ਹੋਇਆ। ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਕਲੇ ਜਨਾ। ਸੋ ਇਸ ਕਰਕੇ ਪਹਿਲਾਂ ਪੁਰੀਆਂ ਵਾਲੇ ਪਰਮਾਤਮਾ ਨੇ, ਜਾਂ ਪਹਿਲ ਪੁਰੀਏ ਪੁਰੀਆਂ ਵਾਲਾ ਵਿਸ਼ਨੂੰ ਸਾਜਿਆ ਪਰਮਾਤਮਾ ਨੇ, ਪੁੰਡਰਕ ਬਨਾ ਫਿਰ ਚਿੱਟੇ ਰੰਗ ਦਾ ਕਮਲ ਪੈਦਾ ਹੋਇਆ। ਪਾਣੀ ਹੀ ਪਾਣੀ ਸੀ ਜਦੋਂ, ਧਰਤੀ ਹੈ ਹੀ ਨਹੀਂ ਸੀ ਧਰਤੀ ਉੱਤੇ। ਤਾਂ ਤੇ ਹੰਸਾ, ਉਹਦੇ ਤੋਂ ਹੰਸ ਦੀ ਸਵਾਰੀ ਵਾਲਾ ਬ੍ਰਹਮਾ ਬਣਿਆ। ਸਗਲੇ ਜਨਾ ਸਭ ਸ੍ਰਿਸ਼ਟੀ ਬਣੀ। ਇਸੇ ਤਰ੍ਹਾਂ ਹੀ ਇੱਥੇ ਕਹਿੰਦੇ ਨੇ ਕਲਿਆਣ ਸੂਪ ਜੋ ਪਰਮਾਤਮਾ ਹੈ, ਉਹਦੇ ਤੋਂ ਮਾਇਆ ਬਣੀ, ਮਾਇਆ ਤੋਂ ਬ੍ਰਹਮਾਓ ਬ੍ਰਹਮਾ ਪੈਦਾ ਹੋਇਆ, ਫਿਰ ਸ੍ਰਿਸ਼ਟੀ ਪੈਦਾ ਹੋਈ। ਜਾਂ ਫਿਰ ਇਸ ਤਰ੍ਹਾਂ ਸਮਝ ਲਓ ਕਿ ਸਵਸਥ ਤੋਂ ਭਾਵ ਜੋ ਕਲਿਆਣ ਸਰੂਪ ਪਰਮਾਤਮਾ, ਆਸ ਦਾ ਮਤਲਬ ਹੈ, ਇਹ ਦੋਨੋਂ ਹੀ ਅਰਥ ਨੇ। ਆਸ ਤੋਂ ਭਾਵ ਹੈ,
ਉਹ ਤੋਂ ਬ੍ਰਹਮਾ ਆਦਿਕ ਹੋਏ, ਬ੍ਰਹਮਾ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ। ਕੌਣ ਕਹਿੰਦਾ? ਬਾਣੀ। ਬਾਣੀ ਤਾਂ ਉਦੋਂ ਰਚਨਾ ਨਹੀਂ ਸੀ ਹੋਈ। ਕਹਿੰਦੇ ਨਹੀਂ, ਵੇਦ ਬਾਣੀ ਵੀ ਇਸੇ ਤਰ੍ਹਾਂ ਹੀ ਕਹਿੰਦੀ, ਕਿਉਂਕਿ ਵੇਦਾਂ ਵਿੱਚ ਵੀ ਇਹੀ ਚੀਜ਼ ਲਿਖੀ ਹੋਈ ਹੈ। ਸਿੱਧ ਕਹਿਣ ਲੱਗੇ, ਕੋਈ ਪੱਕੀ ਲਿਖੀ ਹੋਈ ਗੱਲ ਦੱਸੋ, ਇੱਕੋ ਮਤ ਆਖੋ ਪੱਕਾ ਵੀ ਜਗਤ ਦੀ ਉਤਪਤੀ ਕਿਵੇਂ ਹੋਈ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਵਸਥ ਜੋ ਕਲਿਆਣ ਸਰੂਪ ਜੋ ਪਰਮੇਸ਼ਰ ਆਸ ਤੋਂ ਭਾਵ ਹੈ, ਉਸ ਤੋਂ ਪਹਿਲਾਂ ਬਾਣੀ ਹੋਈ। ਅਸਲ ਵਿੱਚ ਗੱਲ ਇਹ ਆ, ਕਿਉਂਕਿ ਸਾਰੇ ਭਾਵ ਤਾਂ ਲੈਂਦੇ ਹਾਂ ਕਿ ਕਿਸੇ ਢੰਗ ਨਾਲ ਕੋਈ ਭਾਵ ਅਰਥ ਬਣਦਾ, ਕਿਸੇ ਨਾਲ ਕੋਈ ਬਣਦਾ, ਕੋਈ ਕਿਸੇ ਤਰ੍ਹਾਂ ਉਤਪਤੀ ਮੰਨਦਾ, ਕੋਈ ਕਿਵੇਂ ਮੰਨਦਾ। ਸਾਰੇ ਇੱਕੋ ਹੀ ਪੰਕਤੀ ਆ, ਸਾਰਿਆਂ ਨੂੰ ਹੀ ਸੇਧ ਦੇ ਦਿੰਦੀ ਹੈ। ਇੱਕੋ ਹੀ ਪੰਕਤੀ ਹਰੇਕ ਧਰਮ ਵਾਲੇ ਨੂੰ ਉਹਦੇ ਮੁਤਾਬਕ ਇਹਦਾ ਅਰਥ ਬਣ ਜਾਂਦਾ। ਕਲਿਆਣ ਸਰੂਪ ਨੇ ਮਾਇਆ ਬਣਾਈ, ਮਾਇਆ ਤੋਂ ਫਿਰ ਬ੍ਰਹਮਾ, ਬ੍ਰਹਮਾ ਤੋਂ ਫਿਰ ਸਾਰੇ। ਕਹਿੰਦੇ ਇਹ ਤਾਂ ਲਿਖਿਆ ਹੋਇਆ ਵੇਦਾਂ ਸ਼ਾਸਤਰਾਂ ਚ ਜਾਂ ਆਮ ਜੋ ਪਤਾ। ਹੁਣ ਤੁਸੀਂ ਕਿਰਪਾ ਕਰਕੇ ਇਹ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਦੱਸੋ ਵੀ ਵੈਸੇ ਬਣਿਆ ਕਿੱਦਾਂ ਹੈ ਸੰਸਾਰ, ਤੁਹਾਡਾ ਕੀ ਖਿਆਲ ਹੈ? ਤੁਹਾਨੂੰ ਤਾਂ ਸਾਰਾ ਪਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਕਿਵੇਂ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ, ਅਸਲ ਵਿੱਚ ਮੇਰਾ ਵਿਚਾਰ ਐਸਾ ਹੈ ਜੋ ਸਾਨੂੰ ਹੁਣ ਆਪਣੇ ਆਪ ਨੂੰ ਤਾਂ ਨਿਰੰਕਾਰ ਨਹੀਂ ਕਹਿੰਦੇ ਹਨ, ਕਹਿੰਦੇ ਜੋ ਸਾਨੂੰ ਅਨੁਭਵ ਕਰਾਇਆ ਕਰਤਾਰ ਨੇ, ਜੋ ਦਿਖਾਇਆ ਹੈ ਕਿ ਸਾਰਿਆਂ ਨਾਲੋਂ ਪਹਿਲਾਂ ਕਲਿਆਣ ਸਰੂਪ ਪਰਮਾਤਮਾ ਨੇ ਜੋ ਹੈ ਨਾ ਬਾਣੀ ਦਾ ਉਚਾਰਨ ਕੀਤਾ। ਕਿਹੜੀ ਬਾਣੀ? ਏਕੋ ਹੰਗ ਬਹੁ ਸਿਆਮ ਪਰਜਾਏ, ਜਾਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਉਹਦਾ ਵਿਚਾਰ ਹੋਇਆ ਹੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪਾਰਾਵਾਰ ਤੋਂ ਰਹਿਤ ਪੈਦਾ ਕਰ ਦਿੱਤੀ, ਕਿਉਂਕਿ ਅਲੱਗ ਅਲੱਗ ਮਤਾਂ ਕਰਕੇ ਆਪਾਂ ਦੇਖਦੇ ਹਾਂ ਕਿ ਉਹਨਾਂ ਨਿਸ਼ਾਨੇ ਨੂੰ ਪੂਰਾ ਕਰਨ ਲਈ ਮਹਾਰਾਜ ਦੱਸਦੇ ਜਿਵੇਂ ਸਾਂਖ ਮਤ ਵਾਲੇ ਕਹਿੰਦੇ ਨੇ ਪ੍ਰਕਿਰਤੀ ਦੇ ਤਿੰਨ ਗੁਣਾਂ ਦਾ ਆਤਮਾ ਤੋਂ ਵੱਖਰਾ ਹੋਣਾ ਜਾਂ ਭੇਦ ਗਿਆਨ ਨੂੰ ਹੀ ਮੋਕਸ਼ ਮੰਨਦੇ ਨੇ। ਨਿਆਇਕ ਅਤੇ ਵਿਸ਼ੇਸ਼ਕ ਵਾਲੇ ਇਹਨਾਂ ਦੋਹਾਂ ਦੇ ਮਤ ਵਿੱਚ ਇੱਕੀਆਂ ਦੁੱਖਾਂ ਦੇ ਅਭਾਵ ਨੂੰ ਹੀ ਮੋਕਸ਼ ਮੰਨਦੇ ਨੇ ਵੀ ਇੱਕੀ ਦੁੱਖ ਮੁੱਕ ਗਏ, ਮੁਕਤੀ ਹੋ ਗਈ। ਛੇ ਇੰਦਰੀਏ, ਛੇ ਵਿਸ਼ੇ, ਛੇ ਗਿਆਨ, ਇੱਕ ਸਰੀਰ, ਦੁੱਖ ਸੁੱਖ, ਇਹਨਾਂ ਇੱਕੀਆਂ ਤੋਂ ਦੁੱਖਾਂ ਤੋਂ ਆਤਮਾ ਦਾ ਰਹਿਤ ਹੋਣਾ ਜਿਹੜਾ ਹੀ ਮੁਕਤੀ ਮੰਨਿਆ। ਪੰਜ ਗਿਆਨ ਇੰਦਰੀਏ ਤੇ ਇੱਕ ਮਨ, ਇਹ ਛੇ ਇੰਦਰੀਏ ਹੈ, ਕਿਉਂਕਿ ਨਿਆਇਕਾਂ ਤੇ ਵਿਸ਼ੇਸ਼ਕਾਂ ਇਹਨਾਂ ਦੋਹਾਂ ਨੇ ਮਨ ਨੂੰ ਇੰਦਰੀਆਂ ਮੰਨਿਆ। ਇਸੇ ਤਰ੍ਹਾਂ ਮੀਮਾਂਸਕ ਸਵਰਗ ਪ੍ਰਾਪਤੀ ਦੀ ਮੁਕਤੀ ਮੰਨਦੇ ਨੇ, ਜਿਸ ਸੁੱਖ ਦਾ ਕਦੇ ਨਾਸ਼ ਨਾ ਹੋਵੇ ਉਹਨੂੰ ਸਵਰਗ ਮੰਨਦੇ ਨੇ। ਸੋ ਇਸ ਤਰ੍ਹਾਂ ਹੈ ਕਿ ਜਦੋਂ ਸਿੱਧ ਕਰਨਾ ਕਿਸੇ ਚੀਜ਼ ਨੂੰ, ਹੁਣ ਮਹਾਰਾਜ ਨੇ ਪਹਿਲਾਂ ਤਾਂ ਦੱਸਿਆ ਦੂਸਰਿਆਂ ਦੇ ਮਤ ਅਨੁਸਾਰ ਜੋ ਜੋ ਕਿਸੇ ਨੇ ਕਿਹਾ, ਪਰ ਸਤਿਗੁਰੂ ਕਹਿੰਦੇ ਸਾਡੇ ਅਨੁਭਵ ਦੇ ਮੁਤਾਬਕ ਜੋ ਸਾਨੂੰ ਪਤਾ ਹੈ ਕਿ ਪਰਮਾਤਮਾ ਨੇ ਪਹਿਲਾਂ ਬਾਣੀ ਕਹੀ, ਕਿਹੜੀ? ਪ੍ਰਿਥਵੇਂ ਓਂਕਾਰ ਤਿੰਨ ਕਹਾ, ਸੋ ਧੁਨ ਪੂਰ ਜਗਤ ਮੋਹ ਰਹਾ। ਪਰਮਾਤਮਾ ਨੇ ਦਸਵੇਂ ਪਾਤਸ਼ਾਹ ਤਾਂ ਕਹਿੰਦੇ ਨੇ ਓਂਕਾਰ ਉਚਾਰਿਆ, ਪਹਿਲਾਂ ਅੱਖਰ ਦਸਵੇਂ ਪਾਤਸ਼ਾਹ ਨੇ। ਇਹ ਜੋ ਬਚਨ ਕੀਤਾ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ ਦੱਖਣੀ ਓਂਕਾਰ ਚ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਖੀਰ ਮੁਕਦੀ ਗੱਲ, ਓ ਨਮ ਅੱਖਰ ਪ੍ਰੇ ਭਵਨ ਸਾਰ, ਤਿੰਨਾਂ ਭਵਨਾਂ ਦਾ ਸਾਰ ਰੂਪ, ਤਿੰਨਾਂ ਭਵਨਾਂ ਨੂੰ ਸਾਜਣ ਵਾਲਾ ਓਂਕਾਰ ਅੱਖਰ ਹੈ। ਇਸ ਕਰਕੇ ਜਦੋਂ ਓਂਕਾਰ ਕਿਹਾ, ਇੱਛਾ ਕੀਤੀ ਇੱਕ ਤੋਂ ਬਹੁਤੇ ਰੂਪ ਹੋਵਾਂ, ਉਹ ਇੱਛਾ ਦਾ ਨਾਮ ਹੀ ਮਾਇਆ ਹੈ, ਕੁਦਰਤ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨੂੰ ਕੁਦਰਤ ਕਿਹਾ, ਦਸਵੇਂ ਪਾਤਸ਼ਾਹ ਨੇ ਉਹਨੂੰ ਚੰਡੀ ਕਹਿ ਦਿੱਤਾ। ਇਸ ਤਰ੍ਹਾਂ ਉਹ ਜੋ ਆਦਿ ਕਾਲ ਸ਼ਕਤੀ ਹੈ, ਮਹਾਰਾਜ ਨੇ ਤਾਂ ਸਿਰਫ ਪਰਮਾਤਮਾ ਦੀ ਜੋਤ ਨੂੰ ਕਿਹਾ ਕਿ ਤੂੰ ਹੀ ਸਭ ਕੁਛ ਹੈ, ਤੂੰ ਹੀ ਹੈ, ਤੂੰ ਹੀ ਹੈ, ਕੋਈ ਹੋਰ ਨਹੀਂ ਉਹਨਾਂ ਨੂੰ ਦਿਖਦਾ। ਕਹਿੰਦੇ ਤੂੰ ਹੀ ਸਭ ਕੁਛ ਹੈ। ਕਹਿੰਦੇ ਮੇਰੀ ਨਿਗਾਹ ਵਿੱਚ ਤਾਂ ਨਰਸਿੰਘ ਬਾਹਰਲਾ ਰੂਪ ਸੀ, ਪਰ ਨਰਸਿੰਘ ਦੇ ਅੰਦਰ ਤੂੰ ਹੀ ਸੀ ਜੋਤ, ਤੂੰ ਹੀ ਹਰਨਾਕਸ਼ ਨੂੰ ਮਾਰਿਆ,
रामचंद्र जी अंदर तू ही हो करके रावण नु मारिया, कंस नु कृष्ण हो के मारिया, दुनिया दे अंदर जिन्नी दैवी संपदा है इहदे अंदर जोत परमात्मा दी कर्म करदी है, जो भी कोई शक्ति है परमात्मा दी ही है, बाहरों एक रूप वखरा है। इस करके फिर उस तो अगे बाणी तो माया ब्रह्मा विष्णु महेश बने, उन्होंने अगे सृष्टि की रचना, विष्णु ने रोटी देनी, शिवजी ने संघार करना, इस तरह कई जिहड़े वेदांतियां ने भी सृष्टि की उत्पत्ति इसे तरह मन्नी है। पर 360 मतां विच्चों यही असली मत है, 360 मत ने उन्हां विच यही आउंदा है कि परमात्मा ने पहला ओंकार कहा, एक तो बहुते रूप हो जावां कहा, इस तो फिर अगे सृष्टि की उत्पत्ति हुई। इहनूं कहिंदे स्वस्थ आत बाणी बरमाओ, सत सुहाण सदा मन चाओ। महाराज कहण लगे भाई ओ परमेश्वर त्रई काल आबाद होण करके सत, तिन्ना कालां चो नास ही नहीं हुंदा, सत आदि सच, जुगाद सच है पी सच, नानक होसी पी सच। सुहाण तो भाव है चेतन स्वरूप है, सदा मन चाओ तो भाव आनंद स्वरूप है। ए तीन अखर ने सत चेतन ते आनंद स्वरूप, सत तिन्ना कालां विच सत रहण वाला ते चित हुंदा है चेतन स्वरूप आनंद स्वरूप। ये जिहड़ियां तीन परमात्मा दे अंदर गुण ने सत चेतन आनंद स्वरूप होण करके वह प्रणमवाद तो रहत है। प्रणमवाद ते विवर्तवाद दो हुंदे ने। प्रणमवाद जिवें दुध तो दही बन जावे पर दही तो मुड़ के दुध नहीं बनता, अते विवर्तवाद विच एक रूप ही रहना, तब्दील ना होना। जे हो भी गया तो मुड़ के फिर उही जिवें पानी तो बर्फ बनी, बर्फ तो फिर पानी बन गया। परमात्मा एक रूप हो के अनेकां हो के खेल खेल अखेल खेलन अंत को फिर एक है। सो इस करके फिर महाराज कहिंदे ने कि इह उहदा स्वरूप है परमात्मा दा, इहदे उल्ट माया दा की स्वरूप है। कहने सत परमात्मा है, माया झूठ है, असत चित चेतन रूप परमात्मा है, इहदे उल्ट माया जड़ है। पर कम दोनों तो बनता, दो मिल कारज उपजा हुंदा है, कारण ते कारज। सृष्टि के अंदर जिन्नी भी जड़ता है माया दी है, चेतन सत्ता परमात्मा दी। दरख्त देखण नूं खड़ा जड़ है पर वध भी रहा, वह चेतन सत्ता नाल वध है। निका जा न्याणा है उहदा शरीर जड़ रूप है पर वध रहा चेतन सत्ता नाल। इस करके परमात्मा दी सत्ता ते माया दी जड़ता नाल सृष्टि की उत्पत्ति हुंदी है। ਤਾਂ ਸਤਿਗੁਰੁ ਮਹਾਰਾਜ ਕਹਿੰਦੇ ਨੇ ਜੋ ਆਨੰਦ ਸਰੂਪ ਹੈ ਪਰਮਾਤਮਾ ਅਤੇ ਮਾਇਆ ਹੈ ਦੁੱਖ ਰੂਪ। ਮਾਇਆ ਵਿੱਚ ਦੁੱਖ ਹੀ ਦੁੱਖ ਨੇ, ਦੇਖਣ ਨੂੰ ਦੂਰੋਂ ਲੱਗਦਾ ਕਿ ਬੜਾ ਸੁਖੀ ਹੋਵੇਗਾ, ਬੜਾ ਸੁਖੀ ਹੋਵੇਗਾ, ਪਰ ਜਦੋਂ ਉਹਦੇ ਵਿੱਚ ਫਸ ਜਾਂਦਾ ਹੈ ਚੱਕਰ ਵਿੱਚ ਤਾਂ ਕਹਿੰਦਾ ਮੈਨੂੰ ਛੁਡਾ ਲਓ, ਮੈਂ ਬਹੁਤ ਔਖਾ, ਕਹਿੰਦੇ ਹੁਣ ਨਹੀਂ ਨਿਕਲ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਇਆ ਨਾ ਇਹ ਦੇਖਣ ਨੂੰ ਦੂਰੋਂ ਹੀ ਬੜੀ ਅੱਛੀ ਲੱਗਦੀ। ਬਸ ਮਹਾਰਾਜ ਕਹਿੰਦੇ ਹੱਥ ਨਾਲ ਲਾਈ ਕਸੁੰਬੜਾ ਜਲ ਜਾਸੀ ਢੋਲਾ, ਦੇਖੀ ਕਿਤੇ ਇਹ ਸੰਸਾਰ ਜਿੰਨਾ ਦੇਖਣ ਨੂੰ ਸੋਹਣਾ ਲੱਗਦਾ, ਹਰ ਚੀਜ਼ ਦੇਖਣ ਨੂੰ ਜੋ ਸੋਹਣੀ ਲੱਗਦੀ ਹੈ ਉਹ ਅਸਲ ਵਿੱਚ ਸੋਹਣੀ ਨਹੀਂ। ਉਹਨੇ ਸਾਨੂੰ ਫਸਾਉਣ ਲਈ ਇੱਕ ਰੂਪ ਧਾਰਿਆ, ਜਿਵੇਂ ਡੈਣਾਂ ਹੁੰਦੀਆਂ ਨੇ, ਉਹ ਡੈਣਾਂ ਐਸੀਆਂ ਰੂਪ ਸੋਹਣੇ ਸੁਨੱਖੇ ਇਸਤਰੀ ਦਾ ਰੂਪ ਧਾਰਨ ਕਰਕੇ ਖੜ੍ਹ ਜਾਣਾ ਪੁਰਾਣੇ ਸਮੇਂ ਚ ਹੁੰਦੀਆਂ ਸੀ। ਫਿਰ ਬੰਦੇ ਨੇ ਆਕਰਸ਼ਿਤ ਹੋ ਕੇ ਉਧਰ ਨੂੰ ਆਉਣਾ, ਜੋ ਨੇੜੇ ਆਉਣਾ ਤੇ ਫਿਰ ਅਸਲੀ ਰੂਪ ਧਾਰ ਕੇ ਉਹਨੂੰ ਖੂਨ ਪੀ ਜਾਣਾ, ਉਹਦਾ ਖਤਮ ਕਰ ਦੇਣਾ। ਇਸੇ ਤਰ੍ਹਾਂ ਦੁਨੀਆਂ ਦੀ ਹਰ ਚੀਜ਼ ਦੂਰੋਂ ਲੱਗਦੀ ਬੜੀ ਸੁੰਦਰ, ਪਰ ਜਦੋਂ ਬੰਦਾ ਉਹਦੇ ਚੁੰਗਲ ਚ ਫਸ ਜਾਂਦਾ ਉਸ ਵਕਤ ਉਹਦਾ ਖੂਨ ਹੀ ਪੀ ਜਾਂਦੀ। ਇਸ ਕਰਕੇ ਦੁੱਖ ਰੂਪ ਹੈ। ਹੁਣ ਸੰਸਾਰ ਦੇ ਜੀਵਾਂ ਦੀ ਖਿੱਚ ਮਹਾਰਾਜ ਵੱਲ ਨੂੰ ਪੈਂਦੀ ਨਹੀਂ ਇੰਨੀ, ਜੇ ਕੋਈ ਗੁਰੂ ਘਰ ਜਾਣਾ ਇੱਧਰ ਨੂੰ ਆਉਣ ਨੂੰ ਨਾਕੇ ਨਹੀਂ ਕਰਦੇ, ਜੇ ਕਹਿ ਦੋ ਫਲਾਣੇ ਥਾਂ ਆਹ ਗੱਲ ਹੈ
अच्छा चलो उत्थे चलते हैं, कोई रंग रौनक होएगा, कोई मनोरंजन होएगा, उधर नूं संसार भजदा। वास्तव दे विच ओह रंग रौनक का मतलब की है, जिंदगी बर्बाद, मनुखा जन्म खराब, कल युग है, पुठी रीति है, जिथे ठीक है वह गलत नजर आउंदा, जो गलत है वह ठीक नजर आ रहा। तां इस करके महाराज सच्चे पातशाह कहिंदे ने कि ये परमात्मा है सत चेतन आनंद स्वरूप, तीन रूप ने, सत एक सुहाण, दूजा सदा मन चाओ, तीजा रूप है। तीन रूप हमेशा पाठ करदे हां याद रखना है कि स्वस्थ आथ बाणी ब्रह्माओ, स्वस्थ जो कल्याण सू परमात्मा है, उन्हें पहला माया बनाई। आथ का मतलब माया भी है, क्योंकि महाराज ने लिखिया ना गुरु नानक देव जी ने, आथ होए तो मुग्ध सियाना, कहने जिदे घरे दाने उदे कमले भी सियाने। आथ का मतलब माया भी है, आथ का मतलब है भी है, दोनों ही अर्थ ने। स्वस्थ आथ बाणी ब्रह्माओ, पहला अकाल पुरख ने माया रची, फिर बचन कर दिते ओंकार, फिर ब्रह्मा बनाया, फिर सृष्टि बनाई, उदा स्वरूप अपना की है सत। पाठ करदे आ इह चीज दा ध्यान रखना, सत है, सो सुहाण है, सुहाण हुंदा चेतन स्वरूप है, चेतन हुंदा हिलन जुलन की ताकत होनी। सदा मन चाओ दा मतलब आनंद स्वरूप, जिवें पाठ करदे आ ध्यान रख। कवन सो वेला वक्त कवन, हुण कहिंदे जगत की उत्पत्ति किस वेले ते किस स्थित वार नूं होई सी। सो महाराज सच्चे पातशाह कहिंदे जदों परमेश्वर ने सृष्टि पैदा कीती सी उदों दिन किहड़ा सी, इह प्रश्न उहनां दा ही इत्थे लिख दित्ता सिद्धां दा। कवन सो वेला, वेला किहड़ा सी उदों, वक्त कवन, अते रात दा किहड़ा वक्त सी, वेला तूं किस वेले आया सी, इह दिन नूं कहिंदे ने। वक्त की सी रात दा, इस तरह दो चीजा अलग अलग कर लेनिया। अथवा कहने वेला हिंदुआं दी बोली च है, वक्त मुसलमाना दी बोली च है। पंद्रह थित्तां चो थित केड़ी, कावण थित, कावण वार, थित हुंदी पंद्रह, चंद्रमा पूर्णमासी तो अगले दिन एकम नेर पक्ष दी, फिर दो तीन चार पंद्रह, फिर आ गई उस तो बाद मस्या, मस्या तो अगले दिन फिर चानन पक्ष प्रारंभ हुंदा, तां एक एकम दूज तीज चौथ पंचमी दसवीं, इस तरह दी कोई थित दस सकदे हो जदों सृष्टि की रचना हुई। कवण वार, फिर यह दसो सत्तां वारां विचों वार केड़ा सी, मंगलवार सी, वीर जां शनिचर। वैसे तां क्वेश्चन उन्हां दा एक ढंग नाल देखिए गलती है, क्योंकि जद सृष्टि बनी तां उदों बाद ही इह वक्त कहण लगे, लोकी वेला कहण लगे, थिती कहण लगे, वार बाद च बने ने, ना कि सृष्टि दे बनन तों पहला वार हुंदे सी। जद सृष्टि नहीं सी तां थित किने गिणनी सी, जद चंद्रमा ही नहीं सी फिर थित कित्थों बन गई। चलो जे चंद्रमा हुंदे आ धरती भी सी, पानी पानी सी, मनुख नहीं सी इत्थे, तो किहड़े मनुख ने उदों फिर पहले ही बनातियां बारह थित्तां। इस करके उन्होंने गुरु नानक देव जी नूं उलझाउण दा जतन कीता, गुरु नानक देव जी नूं आपां ऐं चक्कर च पा लो, महाराज आपे दसणगे, जे नहीं दसणगे तां फिर फेल हो जाणगे, और फिर असी कहांगे कि साडा चेला बण। इह तां उलझण च पाउण वाली गल है। जिवें किसी ने कहा जहाज डिग पिया, कहिंदे पर देख लो उहदी जिहड़ी बत्ती सी उह कदे बंद हुंदी सी कदे बुझदी सी, कदे बंद हुंदी कदे बुझदी सी, कहिंदे इह किवें बई। उह सोचण वाले सोचदे रहे पंद्रह मिनट, वीह मिनट, अद्धा घंटा, कहिंदे वी इह नहीं सानूं समझ लगी बत्ती बंद हुंदी बुझदी। ਉਹ ਕਹਿੰਦੇ ਜੀ ਹਾਸਲ ਤਾਂ ਗੱਲ ਉਲਝਣ ਵਾਲੀ ਆ ਇਹ। ਕਹਿੰਦੇ ਕਿਵੇਂ? ਕਹਿੰਦੇ ਇਹ ਦੇਖੋ ਬੰਦ ਹੁੰਦੀ ਵੀ ਉਹੀ ਅੱਖਰ, ਬੁਝਦੀ ਵੀ ਉਹੀ ਅੱਖਰ ਹੈ। ਅਸੀਂ ਤਾਂ ਕਹੀ ਨੀ ਕਿ ਬੰਦ ਹੁੰਦੀ ਤੇ ਜਗਦੀ ਸੀ, ਬੱਤੀ ਤਾਂ ਬੰਦ ਹੀ ਪਈ ਆ। ਅਸੀਂ ਤਾਂ ਕਹਿੰਦੇ ਬੰਦ ਹੁੰਦੀ ਸੀ ਬੁਝਦੀ ਸੀ, ਬਸ ਇਹ ਕਾਲਾ ਮਾਲਾ ਪਾਤਾ ਵਿੱਚ। ਸਿੱਧਾ ਨੇ ਵੇਹੀ ਪ੍ਰਸ਼ਨ ਨੂੰ ਐਸੇ ਢੰਗ ਨਾਲ ਕੀਤਾ, ਬਜਾ ਸ੍ਰਿਸ਼ਟੀ ਦੀ ਰਚਨਾ ਚ ਮਨੁੱਖ ਹੀ ਨਹੀਂ ਸੀਗਾ ਉਦੋਂ, ਤਾਂ ਉਦੋਂ ਕਿਹੜਾ ਵੇਲਾ ਵਕਤ ਥਿੱਤ ਵਾਰ ਬਣਾਏ ਨੀ, ਜਦੋਂ ਬਣੇ ਹੀ ਨਹੀਂ ਤੇ ਫਿਰ ਸੀ ਕਿਹੜੇ? ਕਵਣ ਸੇ ਰੁੱਤੀ ਮਾਹ ਕਵਣ, ਕਹਿੰਦੇ ਮਹਾਰਾਜ ਉਦੋਂ ਰੁੱਤ ਕਿਹੜੀ ਸੀ ਜੀ? ਬਸੰਤ ਰੁੱਤ, ਗ੍ਰੀਖਮ ਰੁੱਤ, ਪਾਵਸ ਰੁੱਤ, ਸਰਦ ਰੁੱਤ, ਹਿਮ ਰੁੱਤ, ਸਿਸਰ ਰੁੱਤ,
ਇਹ ਛੇ ਰੁੱਤਾਂ ਚੋਂ ਕਿਹੜੀ ਰੁੱਤ ਸੀ? ਅਤੇ ਮਾਹ ਕਵਣ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਾ ਮੱਘਰ ਪੋਹ ਮਾਘ ਫੱਗਣ, ਇਹਨਾਂ ਬਾਰਾਂ ਮਹੀਨਿਆਂ ਚੋਂ ਕਿਹੜਾ ਮਹੀਨਾ ਸੀ ਉਦੋਂ ਜੋ ਸ੍ਰਿਸ਼ਟੀ ਰਚਨਾ ਹੋਈ ਹੈ? ਜੇਤ ਹੋਆ ਆਕਾਰ, ਆਕਾਰ ਆੜੇ ਨੂੰ ਕੰਨਾ ਲੱਗਿਆ ਹੋਇਆ, ਕਈ ਵਾਰ ਆਪਾਂ ਖਿਆਲ ਨਹੀਂ ਕਰਦੇ ਪਾਠ ਕਰਦੇ। ਉਹ ਜਿਸ ਵੇਲੇ ਇਹ ਸ੍ਰਿਸ਼ਟੀ ਦਾ ਆਕਾਰ ਤੋਂ ਭਾਵ ਪਸਾਰਾ ਹੋਇਆ ਤਾਂ ਮਹਾਰਾਜ ਕਹਿੰਦੇ ਨੇ ਅੱਬਲ ਤੇ ਚੀਜ਼ਾਂ ਕਹਿੰਦੇ ਹੋਈ ਹੀ ਨਹੀਂ ਆ। ਚਲੋ ਮੰਨ ਲਓ ਜਦ ਸ੍ਰਿਸ਼ਟੀ ਦੀ ਰਚਨਾ ਹੋਈ, ਹੌਲੀ ਹੌਲੀ ਬੜੇ ਬੜੇ ਪੰਡਿਤ ਹੋਏ, ਪੁਰਾਣ ਲਿਖੇ ਉਹਨਾਂ ਨੇ, ਫਿਰ ਕਾਜੀ ਹੋਏ ਵੱਡੇ ਵੱਡੇ ਸਿਆਣੇ ਜਿਨ੍ਹਾਂ ਨੇ ਬੜੇ ਬੜੇ ਕੁਰਾਨ ਆਦਿਕ ਲਿਖੇ ਨੇ, ਤੁਹਾਡੇ ਵਰਗੇ ਜੋਗੀ ਹੋਏ ਨੇ ਜਿਨ੍ਹਾਂ ਨੇ ਛਿੱਤਾਂ ਵਾਰਾਂ ਬਣਾਈਆਂ, ਰੁੱਤ ਮਹੀਨੇ ਬਣੇ ਸੰਸਾਰ ਤੇ। ਪਰ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ ਜੀ ਹੋਵੇ ਲੇਖ ਪੁਰਾਣ, ਵਿਆਸ ਵਰਗੇ ਵਸ਼ਿਸ਼ਟ ਮੁਨੀ ਆਦਿਕ ਬੜੇ ਬੜੇ ਪੰਡਤਾਂ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਦਾ ਵੇਲਾ ਨਹੀਂ ਪਾਇਆ। ਹੁਣ ਇੱਕ ਕਹਿਣ ਲੱਗਿਆ, ਮੈਂ ਕਹਿੰਦਾ ਕਿ ਵਿਆਸ ਆਦਿਕਾਂ ਨੇ ਉਤਪਤੀ ਦਾ ਵੇਲਾ ਪਾਇਆ। ਮਹਾਰਾਜ ਕਹਿਣਗੇ ਅਸੀਂ ਕਹਿੰਦੇ ਹਾਂ ਨਹੀਂ ਪਾਇਆ, ਕਿਉਂਕਿ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਹੁੰਦਾ ਹੈ। ਜੇਕਰ ਉਹਨਾਂ ਨੇ ਵੇਲਾ ਪਾਇਆ ਹੁੰਦਾ ਤਾਂ ਪੁਰਾਣਾਂ ਵਿੱਚ ਇਹਦਾ ਲੇਖ ਨਾ ਲਿਖ ਦਿੰਦੇ। ਉਹ 18 ਪੁਰਾਣ ਹੈ, ਵੇਦ ਸ਼ਾਸਤਰ ਹੈ, ਪਰ ਪੁਰਾਣਾਂ ਦੇ ਵਿੱਚ ਲੇਖ ਹੀ ਨਹੀਂ ਲਿਖਿਆ। ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਵੇਲਾ ਨਹੀਂ ਪਾਇਆ। ਚਲੋ ਜੇ ਤੁਸੀਂ ਮੈਨੂੰ ਮੰਨਦੇ ਹੋ ਕਿ ਮੈਂ ਤਾਂ ਬਾਲਕ ਹੀ ਹਾਂ, ਹਾਲੇ ਮਹਾਰਾਜ ਤਾਂ ਬਾਲਾ ਹੀ ਕਹਿੰਦੇ ਸੀ ਨਾ ਕਿ ਬਾਲਕ ਹੈ, ਛੋਟਾ ਜਿਹਾ, 25-30 ਸਾਲ ਦੀ ਉਮਰ ਹੈ, ਸਾਡੀਆਂ ਉਮਰਾਂ ਵੱਡੀਆਂ। ਜਿਹੜਾ ਬੰਦਾ ਪਹਿਲਾਂ ਹੋਇਆ ਹੁੰਦਾ ਉਹਨੂੰ ਲੋਕ ਵੱਡਾ ਮੰਨਦੇ ਨੇ, ਜਿਹੜਾ ਬਾਅਦ ਵਿੱਚ ਹੋਇਆ ਹੁੰਦਾ ਉਹਨੂੰ ਛੋਟਾ ਮੰਨਦੇ ਨੇ। ਪਰ ਵਾਸਤਵ ਦੇ ਵਿੱਚ ਦੁਨੀਆਂ ਅੰਦਰ ਸਭ ਤੋਂ ਪਹਿਲਾਂ ਤਾਂ ਫਿਰ ਧਰਤੀ ਹੋਈ, ਪਾਣੀ ਹੋਇਆ, ਫਿਰ ਤਾਂ ਇਹਨਾਂ ਨੂੰ ਵੱਡੇ ਮੰਨੀਏ ਸਿਆਣੇ। ਵਕਤ ਨਾ ਪਾਇਓ ਕਾਦੀਆ, ਕਾਜੀਆਂ ਅਤੇ ਮੁਹੰਮਦ ਆਦਿਕ ਪੈਗੰਬਰਾਂ ਨੇ ਵੀ ਜਗਤ ਦੀ ਉਤਪਤੀ ਦਾ ਵਕਤ ਤੋਂ ਭਾਵ ਸਮਾਂ ਨਹੀਂ ਪਾਇਆ। ਜੇ ਸਮਾਂ ਪਾਇਆ ਹੁੰਦਾ, ਜੇ ਲਿਖਣ ਲੇਖ ਕੁਰਾਨ, ਜੇ ਸਮਾਂ ਪਾਇਆ ਹੁੰਦਾ ਤਾਂ ਕੁਰਾਨ ਸ਼ਰੀਫ ਵਿੱਚ ਲੇਖ ਲਿਖੇ ਜਾਂਦੇ, ਪਰੰਤੂ ਕੁਰਾਨ ਸ਼ਰੀਫ ਵਿੱਚੋਂ ਕੋਈ ਲੇਖ ਲਿਖਿਆ ਨਹੀਂ ਮਿਲਦਾ। ਇਸ ਗੱਲ ਬਾਰੇ ਨਿਸ਼ਚੇ ਨਹੀਂ ਹੁੰਦਾ ਕਿ ਜਗਤ ਦੀ ਉਤਪਤੀ ਕਦੋਂ ਹੋਈ ਹੈ। ਸੋ ਇੱਕ ਸਾਖੀ ਵੀ ਐਸੀ ਆਉਂਦੀ ਕਿ ਬੜੇ ਵੱਡੇ ਵੱਡੇ ਸੰਦੂਕ ਲੱਦੇ ਹੋਏ ਊਠ ਤੁਰੇ ਜਾਂਦੇ ਨੇ ਰੇਗਿਸਤਾਨ ਦੇ ਵਿੱਚ। ਮੁਹੰਮਦ ਜੀ ਤੁਰੇ ਜਾਣ, ਖੜ ਗਏ, ਉਹ ਕਤਾਰ ਜੀ ਉਹਨਾਂ ਦੀ ਸ਼ਾਮ ਤੱਕ ਮੁੱਕੀ ਨਾ ਹੋਈ। ਇੰਨੇ ਊਠ ਤੇ ਇੰਨੇ ਸੰਦੂਕ ਲੱਦੇ ਹੈ, ਇਹ ਕਦੋਂ ਮੁੱਕਣੇ ਆ? ਮੈਂ ਲੰਘਣਾ ਸੀ ਪਰਲੇ ਪਾਸੇ। ਉਹ ਕਹਿੰਦੇ ਇੱਕ ਬੰਦਾ ਆਇਆ ਉੱਥੇ, ਉਹ ਕਹਿੰਦਾ ਮੇਰੀ ਉਮਰ 1000 ਸਾਲ, ਮੈਂ ਇੱਥੇ ਹੀ ਖੜਾ, ਮੈਂ ਨਹੀਂ ਕਦੇ ਮੁੱਕਦੀ ਦੇਖੀ, ਇਹ ਲਾਈਨ ਤਾਂ ਲੱਗੀ ਤੁਰੀ ਜਾਂਦੀ ਹੈ। ਉਹ ਕਹਿੰਦੇ ਵੈਸੇ ਸੰਦੂਕਾਂ 'ਚ ਹੈ ਕੀ? ਕਹਿੰਦੇ ਇਹ ਤਾਂ ਮੈਂ ਵੀ ਨਹੀਂ ਦੇਖੀ। ਕਹਿੰਦੇ ਉਸ ਵਕਤ ਖੁਦਾ ਨੇ ਐਸਾ ਕੌਤਕ ਕੀਤਾ, ਮੁਹੰਮਦ ਜੀ ਉਸ ਸੰਦੂਕਾਂ ਵਾਲੇ ਊਠ ਦੇ ਉੱਤੇ ਚੜ ਗਏ, ਉੱਪਰ ਤੁਰੇ ਜਾਂਦੇ ਤੇ ਸੰਦੂਕ ਖੋਲਿਆ, ਉਹ 'ਚ 4 ਵੱਡੇ ਵੱਡੇ ਆਂਡੇ, ਇੱਕ ਤੋੜਿਆ ਉਹਦੇ ਵਿੱਚੋਂ 7 ਆਕਾਸ਼ ਤੇ 7 ਪਤਾਲ ਦਿਖੀ ਜਾਣ, ਉੱਤਰ ਆਏ ਥੱਲੇ। ਕਹਿੰਦੇ ਯਾ ਖੁਦਾ ਤੇਰਾ ਕੋਈ ਅੰਤ ਨਹੀਂ। ਇਸ ਕਰਕੇ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਸੋ ਅੱਜ ਕੱਲ੍ਹ ਦੇ ਪੰਡਤੀ ਪੰਡਤਾਂ ਨੇ ਵੀ ਵੇਲਾ ਨਹੀਂ ਪਾਇਆ, ਕਿਉਂਕਿ ਜੇ ਪੁਰਾਣਾਂ ਵਿੱਚ ਲੇਖ ਲਿਖਿਆ ਹੁੰਦਾ ਉਹਨੂੰ ਪੜ੍ਹ ਕੇ ਵੀ ਉਹ ਦੱਸਦੇ, ਤੇ ਜੇ ਪੰਡਤ ਤਾਂ ਚਲੋ ਵਿਚਾਰੇ ਦਿਮਾਗ ਇੰਨੇ, ਹੁਣ ਤਾਂ ਕੰਪਿਊਟਰ ਕੰਪਿਊਟਰ ਨਾਲ ਟਾਈਮ ਕੱਢ ਲੈਣ, ਤਾਂ ਇਹ ਵੀ ਨਹੀਂ ਕੱਢ ਸਕਦੇ, ਦੱਸ ਹੀ ਨਹੀਂ ਸਕਦਾ ਕੋਈ। ਕਹਿੰਦੇ ਸ੍ਰਿਸ਼ਟੀ ਦੀ ਰਚਨਾ ਹੋਈ ਕਦੋਂ ਆ? ਫਿਰ ਕਹਿੰਦੇ ਤੁਸੀਂ ਦੱਸੋ। ਕਹਿੰਦੇ ਬੜੇ ਬੜੇ ਜੋਗੀ ਬੈਠੇ ਬਣੇ, 1000 ਸਾਲ ਉਮਰ ਤੁਹਾਡੀ, ਥਿੱਤ ਵਾਰ ਨਾ ਜੋਗੀ ਜਾਣੈ। ਜਿਸ ਥਿੱਤ ਅਤੇ ਵਾਰ ਨੂੰ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ, ਉਹ ਥਿੱਤ ਵਾਰ ਨੂੰ ਗੋਰਖ ਤੁਹਾਡਾ ਜਾਣਦਾ? ਗੋਰਖ ਜੀ ਤੁਸੀਂ ਜਾਣਦੇ? ਮਹਾਰਾਜ ਕਹਿੰਦੇ ਗੋਰਖ ਆਦਿ ਜੋਗੀ, ਜੋਗੀ ਤੋਂ ਭਾਵ ਜੋਤਸ਼ੀ ਵੀ ਜਾਣਦੇ ਨਹੀਂ ਹੈ। ਰੁੱਤ ਮਾਹੋ ਨਾ ਕੋਈ, ਅਤੇ ਜਿਸ ਰੁੱਤ ਅਤੇ ਮਹੀਨੇ ਵਿੱਚ ਜਗਤ ਦੀ ਉਤਪਤੀ ਹੋਈ ਹੈ ਉਹ ਵੀ ਨਹੀਂ ਕੋਈ ਜਾਣਦਾ, ਕਿਉਂਕਿ ਜਿਹੜਾ ਅਲੱਗ ਅਲੱਗ ਬੋਲੀਆਂ ਨੇ, ਵੇਲ ਨਾ ਪਾਈਆ ਪੰਡਤੀ। ਵੇਲਾ ਸੰਸਕ੍ਰਿਤ ਬੋਲੀ 'ਚ, ਵਕਤ ਅਰਬੀ ਬੋਲੀ 'ਚ, ਸੰਸਕ੍ਰਿਤ 'ਚ ਵੇਲਾ ਕਹਿੰਦੇ, ਅਰਥ ਦੋਵਾਂ ਦਾ ਸਮਾਂ ਹੀ ਹੈ। ਸੋ ਇਸ ਕਰਕੇ ਕਹਿੰਦੇ ਨੇ ਜੇ ਵੇਲਾ ਵਕਤ ਵਿਚਾਰੀਆ ਤਾਂ ਕਿਤ ਵੇਲਾ ਭਗਤ ਹੋਏ, ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਭਾਇਆ। ਇਹ ਗੁਰਬਾਣੀ ਅੰਦਰ ਕਿਤੇ ਕਿਤੇ ਬਹੁਤ ਮਹਾਰਾਜ ਨੇ ਉਚਾਰਨ ਕੀਤੇ ਨੇ ਅੱਖਰ। ਹੁਣ ਰੁੱਤ ਅਤੇ ਮਹੀਨੇ ਨੂੰ ਕੋਈ ਜਾਣ ਨਹੀਂ ਸਕਿਆ ਕਿ ਕਿਹੜੀ ਰੁੱਤ ਵਿੱਚ ਸੀ, ਕਿਹੜਾ। ਰੁੱਤਾਂ ਵੀ ਬਦਲਦੀਆਂ ਰਹਿੰਦੀਆਂ, ਰੁੱਤ ਕਿਤੇ ਸਦਾ ਇੱਕ ਰਹਿੰਦੀ।
अज तो इस संसार के अंदर कोई 10,000 साल पहला इतने रुत होर बहुत ही ज्यादा की दूर जाना 2003 दे विच 4 तक टोरंटो च इन्नी बर्फ ते 5 विच बर्फ ही नहीं पई पई नहीं। इस करके संसार दे अंदर रुत्तां दी मौसमां दी तब्दीली 500 साल बाद किते 200 साल बाद पोल्यूशन ज्यादा वध गया। हिंदुस्तान च पहला किन्नी सर्दी पैंदी सी अक्तूबर 2-3 नूं बर्फ पै जांदी सी हेमकुंड साहब ते बहुत ठंड हो जांदी सी कांबा लगदा सी नवंबर दे महीने च हुण दसंबर दे महीने विच वी कांबा नहीं लगदा उत्थे बस की कहना मीह पै गया हुण माड़ा जिहा फिर उहदे नाल ठंड हो गई। रुत्तां विच तब्दीली आउणी शुरू हो गई है दुनिया दे उत्ते गर्मी वधनी शुरू हो गई है। साइंसदान कहिंदे ने जे इसे हाल च गर्मी रही सारे ग्लेशियर पिंगल जाणगे तो एक दिन दुनिया दे सिर्फ पानी ही दिखेगा सृष्टि मुक जानी है। इस तरह